ਇਹ ਤਸਵੀਰਾਂ ਇਟਲੀ ਤੋਂ ਤਾਜ਼ਾ ਤਾਜ਼ਾ ਕਰ ਆਏ ਨੌਜਵਾਨ ਨਵਾਂ ਸ਼ਹਿਰ ਦੇ ਥਾਣਾ ਬਹਿਰਾਮ ਅਧੀਨ ਪੈਂਦੇ ਪਿੰਡ ਮਹੰਤ ਗੁਰਭਜਨ ਦਾਸ ਨਗਰ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਦੀਆਂ ਨੇ। ਅਜੇ ਜਨਵਰੀ ਮਹੀਨੇ ਤੋਂ ਮੁਕੇਸ਼ ਇਟਲੀ ਤੋਂ ਵਾਪਸ ਆਇਆ ਕਿ ਘਰ 'ਚ ਉਸਦਾ ਛੋਟਾ ਭਰਾ ਵਿਦੇਸ਼ 'ਚ ਤੇ ਮਾਤਾ ਮਾਂ ਭੈਣਾਂ ਕੋਲ ਸਹੁਰੇ ਪਰਿਵਾਰ ਰਹਿੰਦੀ। ਪਰ ਜਿਵੇਂ ਹੀ ਮੁਕੇਸ਼ ਕੁਮਾਰ ਇਟਲੀ ਤੋਂ ਵਾਪਸ ਆਇਆ ਤਾਂ ਉਸਦੇ ਆਉਂਦੇ ਹੀ ਆਪਣੀ ਮਾਂ ਨੂੰ ਭੈਣ ਦੇ ਘਰੋਂ ਤੇ ਘਰਵਾਲੀ ਕੋਲ ਛੱਡ ਦਿੱਤਾ, ਜਿਸ ਉਪਰੰਤ ਉਸਦੀ ਘਰਵਾਲੀ ਇੱਕ ਹਫ਼ਤਾ ਬਾਅਦ ਉਸਨੂੰ ਛੱਡ ਕੇ ਆਪਣੇ ਪੇਕੇ ਚਲੇ ਗਈ। ਇਸੇ ਦੌਰਾਨ ਮੁਕੇਸ਼ ਕੁਮਾਰ ਨੇ ਉਸਨੂੰ ਕਈ ਵਾਰ ਆਪਣੇ ਘਰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ, ਪਰ ਨਾ ਤਾਂ ਉਸਦੀ ਘਰਵਾਲੀ ਆਈ ਅਤੇ ਨਾ ਹੀ ਸਹੁਰਾ ਪਰਿਵਾਰ ਵੱਲੋਂ ਭੇਜੀ ਗਈ। ਜਿਸ ਉਪਰੰਤ ਦੁਖੀ ਹੋ ਕੇ ਮੁਕੇਸ਼ ਕੁਮਾਰ ਨੇ ਪਹਿਲਾਂ ਤਾਂ ਇੱਕ ਸੁਸਾਈਡ ਨੋਟ ਲਿਖਿਆ ਅਤੇ ਫਿਰ ਖੁਦ ਦਾ ਨਾਤਾ ਦੁਨੀਆ ਤੋਂ ਤੋੜ ਲਿਆ। ਇੱਦਾਂ ਮੇਰੀ ਭੈਣ ਨੇ ਰਿਸ਼ਤਾ ਕੀਤਾ ਸੀਗਾ ਅਤੇ ਦੂਜੀ ਜਗ੍ਹਾ ਆਈ ਸੀ ਕੁੜੀ। ਕੀ ਨਾਂ ਹੈ ਮੁੰਡੇ ਦਾ? ਮੁੰਡੇ ਦਾ ਨਾਂ ਹੈ ਜੀ ਮੁਕੇਸ਼ ਕੁਮਾਰ ਅਤੇ ਸਨ ਆਫ ਧਰਮਪਾਲ। ਕਿਹੜਾ ਪਿੰਡ ਹੈ ਉਹਦਾ? ਪਿੰਡ ਮਹੰਤ ਗੁਰਭਜਨ ਦਾਸ ਨਗਰ। ਠੀਕ ਹੈ। ਸੁਸਾਈਡ ਕੀਤੀ, ਕਿਉਂ ਕੀਤੀ ਹੈ ਦੱਸੋ? ਇਹਨੂੰ ਸਹੁਰਾ ਪਰਿਵਾਰ ਜਦੋਂ ਤੰਗ ਕਰਦਾ ਸੀ। ਅੱਛਾ। ਜਿਸ ਟਾਈਮ ਵੀ ਆਉਂਦਾ ਸੀ ਤਾਂ ਪੈਸੇ ਮੰਗਦੇ ਸੀ। ਅੱਛਾ। ਅਤੇ ਉਹਦੇ ਵਿੱਚ ਅਸੀਂ ਵੀ ਕਈ ਵਾਰ ਗਏ ਹਾਂ ਸਮਝੌਤਾ ਕਰਾਉਣੇ ਉਹਨਾਂ ਦਾ। ਅਤੇ ਜਿਹੜੇ ਮਤਲਬ 11 ਤਰੀਕ ਨੂੰ ਸਾਨੂੰ ਸੱਦਿਆ ਸੀ, 11 ਨੂੰ ਇਹ ਮੰਨੇ ਸੀ ਵੀ ਚਲੋ ਕੋਈ ਗੱਲ ਨਹੀਂ 21 ਤਰੀਕ ਨੂੰ ਆ ਜਾਣਾ ਇਹ, ਵੀ ਆਪਣਾ ਕੁੜੀ ਨੂੰ ਲੈ ਜਾਣਾ। ਕੀ ਇਹਦੀ ਘਰਵਾਲੀ ਦਾ ਨਾਂ ਹੈ ਅਤੇ ਕਿਹੜਾ ਪਿੰਡ ਹੈ ਉਹ? ਪ੍ਰਵੀਨ ਕੁਮਾਰ। ਅੱਛਾ। ਪ੍ਰਵੀਨ ਕੁਮਾਰੀ ਅਤੇ ਬਗੌਰਾ। ਸੌਰ ਕਿਹੜਾ? ਬਗੌਰਾ। ਬਗੌਰਾ ਕਿੱਥੇ ਹੈ ਇਹ, ਕਿਹੜੇ ਜ਼ਿਲ੍ਹੇ? ਇਹ ਮਾਲਪੁਰਾ ਆਪਣੇ ਡਿਸਟ੍ਰਿਕਟ ਹੁਸ਼ਿਆਰਪੁਰ ਹੈ। ਅੱਛਾ। ਹਾਂਜੀ। ਅਤੇ ਇਹ ਵਿਆਹ ਕਦੋਂ ਹੋਇਆ ਸੀ ਪਹਿਲਾਂ ਦੱਸ? ਵਿਆਹ ਇਹਦਾ ਹੋਇਆ ਸੀ ਕੋਈ 15 ਦੇ ਵਿੱਚ, 2015। ਹਾਂਜੀ ਹਾਂਜੀ। ਅਤੇ ਬੱਚਾ ਬੁਆ ਇਹਦਾ ਕੋਈ ਹੈ ਪਹਿਲਾਂ? ਨਹੀਂ ਨਹੀਂ ਨਹੀਂ, ਬੱਚਾ ਕੋਈ ਨਹੀਂ, ਉਹ ਪਹਿਲਾਂ ਹੀ ਪਹਿਲੀ ਰਹੀ ਆ ਉਸ ਜਿਹੜੀ ਵਿਆਹੀ। ਅਤੇ ਹੁਣ ਕਦੋਂ ਰੁਸ ਕੇ ਗਈ ਅਤੇ ਕਦੋਂ ਲੜਾਈ ਹੋਈ ਇਹਨਾਂ ਦੀ ਐਕਚੁਅਲੀ? ਹੁਣ ਤਾਂ ਜਾਂਦੀ ਮਤਲਬ ਇਹ 17 ਤਰੀਕ ਨੂੰ ਆਇਆ ਅਤੇ ਹਫ਼ਤਾ ਕੁ ਬਾਅਦ ਦੀ ਗੱਲ ਹੈ। ਕਿਹੜੀ 17 ਨੂੰ? 17 ਆਪਣੀ ਜਨਵਰੀ 21 ਨੂੰ ਹੈ। ਹਾਂਜੀ ਹਾਂਜੀ। ਅੱਛਾ। ਅਤੇ ਹੁਣ ਕੋਈ ਗੱਲ ਨਹੀਂ ਕੀਤੀ, ਆਪਣੀ ਮੰਮੀ ਨੂੰ ਲੈ ਕੇ ਆਇਆ, ਉਹ ਰਹਿੰਦੀ ਸੀ ਆਪਣੀ ਮਤਲਬ ਕੁੜੀ ਦੇ ਕੋਲ ਹੀ। ਅੱਛਾ। ਹੁਣ ਆ ਕੇ ਇਹ ਗੱਲ ਕੀਤੀ ਵੀ ਆਪਾਂ ਮੰਮੀ ਆ ਮਤਲਬ ਇਕੱਲੀ ਆ ਵੀ ਇਹਨੂੰ ਰੋਟੀ ਪਾਣੀ ਦੇਣਾ ਆ ਅਤੇ ਤੂੰ ਹੀ ਬਣਾਉਣਾ ਸਾ ਕੋਈ ਕਰਨਾ। ਉਹ ਕਹਿੰਦੀ ਵੀ ਮੈਂ ਕੁਛ ਨਹੀਂ ਕਰਨਾ, ਮੈਂ ਨਹੀਂ ਦੇ ਸਕਦੀ ਰੋਟੀ, ਤਾਂ ਉੱਥੋਂ ਉੱਠ ਕੇ ਤਾਂ ਉਹ ਗੁਆਂਢੀ 'ਤੇ ਚਲ ਗਈ। ਪਰਿਵਾਰ 'ਚ ਹੋਰ ਕੌਣ ਕੌਣ ਹੈ ਮਤਲਬ? ਪਰਿਵਾਰ 'ਚ ਇਕੱਲੀ ਆ ਮਾਂ, ਮਾਂ ਆ ਅਤੇ ਇਹਦਾ ਮਤਲਬ ਮੁੰਡਾ ਹੋਏ ਬਾਹਰ ਜਾਂਦਾ ਹੋਣਾ, ਛੋਟਾ ਮੁੰਡਾ ਬਾਹਰ ਹੈ। ਇੱਦਾਂ ਕਿੰਨੇ ਭੈਣ ਭਰਾ ਆ? ਭੈਣਾਂ ਇਹਦੀਆਂ ਮਤਲਬ 2 ਆ ਅਤੇ 2 ਹੀ ਭਰਾ ਹੈ। ਅਤੇ ਭਰਾ ਜਿਹੜਾ ਛੋਟਾ ਹੈ? ਹਾਂਜੀ ਉਹ ਛੋਟਾ ਆ, ਉਹ ਬਾਹਰ ਹੈ। ਉਹ ਵੀ ਬਾਹਰ ਹੈ? ਹਾਂਜੀ। ਫਾਦਰ ਇਹਦੇ? ਫਾਦਰ ਡੈਥ ਹੋ ਗਈ। ਭੈਣਾਂ ਵੇਹਣੀਆਂ, ਮਾਂ ਇਕੱਲੀ ਰਹਿੰਦੀ ਸੀ? ਹਾਂਜੀ ਮਾਂ ਇਕੱਲੀ ਸੀ, ਉਹ ਕੁੜੀ ਕੋਲ ਰਹਿੰਦੀ ਸੀ ਅਤੇ ਉਹਨੇ ਲੈ ਕੇ ਆਇਆ ਸੀਗਾ ਅਤੇ ਆ ਚਾਣਾ ਭਾਣਾ ਵਰਤ ਗਏ। ਕਿੱਦਾਂ ਸੂਜ ਨੇ ਕੀਤਾ ਕਾਜ ਨੇ ਜਿਹੜਾ ਆਤਮ ਹੱਤਿਆ ਕੀਤੀ? ਗਾਰਡਰ ਨਾਲ? ਇਹ ਗਾਰਡਰ ਨਾਲ ਕੀਤਾ ਜੀ। ਅਤੇ ਇਹਦੀ ਕੋਈ ਸੂਸਾਈਡ ਨੋਟ ਵੀ ਰੱਖਿਆ ਨਾ? ਹਾਂਜੀ ਹਾਂਜੀ ਹੈਗਾ ਜੀ। ਉਹ 'ਚ ਕੀ ਲਿਖਿਆ ਉਹਨੇ? ਉਹਦੇ 'ਚ ਇਹੀ ਲਿਖਿਆ ਵੀ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੀ ਸੀ ਅਤੇ ਸਾਡੇ ਪ੍ਰਾਹੁਣੇ ਨੂੰ ਵੀ ਕਰਦੇ ਸੀ, ਕੁੜੀ ਨੂੰ ਵੀ ਕਰਦੇ ਸੀ, ਇੱਥੋਂ ਤੱਕ ਵੀ ਮਤਲਬ ਧਮਕੀ ਦੇ ਰਿਹਾ ਸੀ ਵੀ ਤੁਹਾਨੂੰ ਇਹ ਮਾਰ ਦੇ। ਦੁਖੀ ਹੋ ਕੇ ਕੀਤਾ ਮਤਲਬ? ਦੁਖੀ ਹੋ ਕੇ ਕੀਤਾ। ਪਹਿਲਾਂ ਵੀ ਦੱਸਿਆ ਇੱਦਾਂ ਵੀ ਮੈਨੂੰ ਤੁਹਾਡੇ ਨਾਲ ਪਹਿਲਾਂ ਵੀ ਮੈਨੂੰ ਇੱਦਾਂ ਪਰੇਸ਼ਾਨ ਕੀਤਾ? ਪਰੇਸ਼ਾਨ ਦੱਸਦਾ ਸੀ, ਪਰੇਸ਼ਾਨ ਕੀਤਾ। ਅੱਛਾ। ਅਤੇ ਮਤਲਬ ਆਹ ਨਹੀਂ ਸੀ ਪਤਾ ਵੀ ਕੰਮ ਕਰ ਲਾਂ। ਅਤੇ ਕਿੰਨੇ ਦੇਖੇ ਅਤੇ ਕਿੰਨੇ ਕੋਈ ਕੀ ਗੱਲ ਹੈ ਇਹ? ਅਤੇ ਇਹ ਕੋਈ 7:30 ਦੀ ਗੱਲ ਹੈ। ਅੱਛਾ। ਰਾਤੀ ਖਾਣਾ ਖਾ ਕੇ ਸੁੱਤਾ ਸਾਰਿਆਂ ਨੇ? ਹਾਂ ਹਾਂ, ਖਾਣਾ ਖਾ ਕੇ ਸੁੱਤਾ, ਕੋਈ ਇੱਦਾਂ ਦੀ ਗੱਲ ਹੀ ਨਹੀਂ ਸੀ। ਸਵੇਰੇ ਕਦੋਂ ਦੇਖਿਆ? ਜਦੋਂ ਠੱਲਣ ਗਏ ਨੂੰ? ਸਵੇਰੇ ਮਤਲਬ ਉੱਠਣ ਲੱਗੇ ਜਦੋਂ ਉਹਦੀ ਮੰਮੀ ਮਤਲਬ ਬਾਹਲੇ ਚਾਹ ਦੇਣ ਆਈ ਜਾਂਦਾ, ਉਸ ਟਾਈਮ ਦੇਖਿਆ ਉਹਨੂੰ ਅਤੇ ਦਰਵਾਜ਼ਾ ਖੁੱਲ੍ਹਿਆ ਹੀ ਸੀਗਾ। ਹਾਂਜੀ। ਅਤੇ ਪੁਲਿਸ ਪੁਲਿਸ ਨਾਲ ਹੋਈ? ਹਾਂਜੀ ਹਾਂਜੀ। ਅਤੇ ਡੈਡ ਬੋਡੀ ਹੁਣ ਪੁਲਿਸ ਕੋਲ? ਹਾਂਜੀ ਹਾਂਜੀ। ਕਾਰਵਾਈ ਕਰੀ, ਕੀ ਮੰਗ ਕੀ ਆ ਹੁਣ ਪ੍ਰਸ਼ਾਸਨ ਤੋਂ? ਮੰਗ ਤਾਂ ਸਾਡੀ ਇਹੀ ਆ ਵੀ ਉਹਨਾਂ 'ਤੇ ਜੋ ਐੱਫ ਆਈ ਦਰਜ ਹੋਵੇ, ਮਨ ਦੀ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ। ਹਾਂਜੀ। ਸੁਸਾਈਡ ਕਿਹਦਾ ਕਿਹਦਾ ਨਾਂ ਆਇਆ ਉਹਦਾ? ਉਹ 'ਚ ਆਪਣੇ ਸਹੁਰਾ ਪਰਿਵਾਰ ਦਾ ਹੀ ਆ ਜੀ, ਅਤੇ ਜਿੱਦਾਂ ਉਹਦੇ ਸਹੁਰੇ ਦਾ ਆ, ਸੱਸ ਦਾ ਆ ਅਤੇ 2 ਉਹਦੇ ਦੂਜੇ ਸਾਲੇ ਆ, ਉਹਨਾਂ ਦਾ ਘਰਵਾਲੀ ਦਾ। ਹਾਂਜੀ ਪੰਜਾਂ ਦੇ। ਉਧਰ ਪੁਲਿਸ ਨੇ ਸਹੁਰਾ ਪਰਿਵਾਰ ਤੇ ਪਰਚਾ ਦਰਜ ਕਰਕੇ ਮਾਮਲਾ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਤਿਆਰੀ ਸ਼ੁਰੂ ਕਰ ਲਈ ਹੈ। ਸੁਸਾਈਡ ਕਰਨ ਵਾਲੇ ਦਾ ਨਾਮ ਮੁਕੇਸ਼ ਕੁਮਾਰ, ਇਹਦਾ ਪਿੰਡ ਫਰਾਲਾ ਹੈ। ਇਹ ਜਨਵਰੀ 2021 ਵਿੱਚ ਇਸੇ ਸਾਲ ਜਿਹੜਾ ਇਟਲੀ ਤੋਂ ਆਇਆ ਸੀ, ਪਿਛਲੇ 3-4 ਸਾਲਾਂ ਤੋਂ ਇਹ ਇਟਲੀ ਵਿੱਚ ਕੰਮ ਕਰ ਰਿਹਾ ਸੀ। ਇਹਦਾ ਆਪਣੀ ਘਰਵਾਲੀ ਜੋ ਮਾਲਪੁਰ ਥਾਣਾ, ਮਾਲਪੁਰ ਜਿਹਦਾ ਪਿੰਡ ਹੈਗਾ ਹੈ, ਉੱਥੋਂ ਤੋਂ ਰਹਿਣ ਵਾਲੀ ਹੈ। ਉਹਦੇ ਨਾਲ ਕਲੇਸ਼ ਚੱਲ ਰਿਹਾ ਸੀ ਅਤੇ ਨਾਲ ਨਾਲ ਘਰਵਾਲੀ ਨਾਲ ਇਹਦੇ ਜਿਹੜਾ ਸਹੁਰਾ ਪਰਿਵਾਰ, ਸਹੁਰਾ, ਸੱਸ, ਇੱਕ ਸਾਲਾ, ਉਹਦੇ ਨਾਲ ਜਿਹੜਾ ਕਿ ਇਹਦਾ ਕਾਫੀ ਲੰਬੇ ਟਾਈਮ ਤੋਂ ਪੈਸਿਆਂ ਦੇ ਲੈਣ ਦੇਣ ਕਰਕੇ ਵੀ ਵਿਵਾਦ ਚੱਲ ਰਿਹਾ ਸੀ। ਘਰਵਾਲੀ ਵੀ ਜਿਹੜਾ ਕਿ ਘਰ ਇਹਦੀ ਮਾਤਾ ਦੇ ਨਾਲ ਜਾਣਾ ਹੀ ਕਲੇਸ਼ ਰੱਖਦੀ ਸੀ ਇਹਦੇ ਪਿੱਛੋਂ। ਹੁਣ ਕੁਛ ਦਿਨਾਂ ਤੋਂ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ
थाना मालपुर विखे भी इन्हों की दरखास्त बर्जी चल रही थी, जिस करके यह लड़का मुकेश जिन्हें अज सुसाइड किया, कई दिनों तो यह डिप्रैशन के आया हुआ सी। हाँ जी, उन्हें सुसाइड नोट भी इन्हों के परिवार वालों सूँ पेश किया गया, जिद अपने सहुरा सस घरवाली तो अपने साले तो जोड़ा कि अपनी नोट का जोड़ा जिम्मा लाया है कि मैं जो तंग परेशान काफ़ी टाइम तो कर रहे थे, मैं जोड़ा कि अपनी जीवन लीला समाप्त कर रहा हाँ, तो मेरी मौत की जिम्मेवार मेरा सस, मेरी सस, सहुरा साला तो मेरी घरवाली। पुलिस वालों की कार्रवाई, पुलिस वालों घरद्या के बयान से एफ आई आर रजिस्टर कर ली गई है। अंडर सैक्शन 306 हूँ अरैस पाएगी, अजय एफ आई आर रजिस्टर करके पोस्टमार्टम करा के अभी पार्टी भेजी है, उन्होंने अरैसट करने के लिए जल्द तो जल्द उन्होंने जो गिरफ्तार कर लिया जाएगा। फिलहाल हुणे देखना होगा कि सहुरा परिवार को उसके किए की सज़ा कदों ते किवें पुलिस वाले दवाउंदे ने। हकीकत टीवी पंजाबी लई नवां शहर तो नरेंद्र रत्तू की रिपोर्ट।